ਸ਼੍ਰੀਕਾਲ ਦੋਸਤੋ, ਮੈਂ ਬਿੰਨੀ ਬਰਨਾਲਵੀ ਤੇ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਚਾਹ ਤੇ ਚਰਚਾ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਮੇਂ ਸਮੇਂ ਤੇ ਤੁਹਾਡੇ ਨਾਲ ਨਵੇਂ ਤੇ ਪੁਰਾਣੇ ਫਨਕਾਰਾਂ ਨੂੰ ਮਿਲਾਉਂਦੇ ਰਹਿੰਦੇ ਹਾਂ, ਪੰਜਾਬੀ ਸੰਗੀਤ ਇੰਡਸਟਰੀ ਤੇ ਪੰਜਾਬੀ ਫਿਲਮ ਇੰਡਸਟਰੀ ਬਾਰੇ ਚਰਚਾ ਕਰਦੇ ਰਹਿੰਦੇ ਹਾਂ। ਤੇ ਅੱਜ ਜਿਹੜੇ ਫਨਕਾਰ ਦੀ ਮੁਲਾਕਾਤ ਤੁਹਾਡੇ ਨਾਲ ਕਰਵਾਉਣ ਜਾ ਰਹੇ ਹਾਂ, ਉਹ ਬਹੁਤ ਹੀ ਸੋਹਣੇ ਤੇ ਬਹੁਤ ਹੀ ਸਰੀਲੇ ਕਲਾਕਾਰ ਨੇ, ਜਿਨ੍ਹਾਂ ਦਾ ਨਾਮ ਹੈ ਤਾਜ ਨਾਗਰਾ। ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਬਾਈ, ਸਤਿ ਸ਼੍ਰੀ ਅਕਾਲ। ਪਹਿਲਾਂ ਸਾਰੀ ਟੀਮ ਨੂੰ ਮੇਰੇ ਵੱਲ ਸਤਿ ਸ਼੍ਰੀ ਅਕਾਲ, ਤੁਹਾਡਾ ਸਾਰਿਆਂ ਦਾ, ਮੈਂਟਲ ਬੰਦੇ ਟੀਮ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਮੈਨੂੰ ਟਾਈਮ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਭਰਾ ਜੀ। ਆਪਾਂ ਸ਼ੁਰੂਆਤ ਕਰਦੇ ਹਾਂ ਚਰਚਾ ਦੀ। ਸਭ ਤੋਂ ਪਹਿਲਾ ਸਵਾਲ ਕਿ ਤੁਸੀਂ ਸਿੰਗਿੰਗ ਦੀ ਲਾਈਨ ਦੇ ਵਿੱਚ ਤੁਸੀਂ ਹੈ ਨਾ ਕੰਮ ਕਰਨਾ ਸ਼ੁਰੂ ਕੀਤਾ, ਇਹਦੀ ਜਿਹੜੀ ਸ਼ੁਰੂਆਤ ਆ ਉਹ ਸ਼ੁਰੂਆਤ ਤੁਸੀਂ ਕਦੋਂ ਕੀਤੀ? ਬਾਈ ਜੀ, ਸ਼ੁਰੂਆਤ ਜਿੱਦਾਂ ਤਕਰੀਬਨ ਸਾਰੇ ਕਲਾਕਾਰਾਂ ਦੀ ਉੱਥੋਂ ਹੀ ਹੁੰਦੀ, ਬਚਪਨ ਤੋਂ ਹੀ ਮੇਰੀ ਵੀ ਸ਼ੁਰੂਆਤ ਹੋਈ ਸੀ। ਬੱਬੂ ਮਾਨ ਭਾਅ ਜੀ ਦਾ ਗਾਣਾ, ਬੱਬੂਮਾਨ ਉਸਤਾਦ ਜੀ ਦਾ ਗਾਣਾ ਆਇਆ ਸੀ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ, ਉਸ ਗਾਣੇ ਤੋਂ ਮੇਰੀ ਅਸਲ ਦੇ ਵਿੱਚ ਸ਼ੁਰੂਆਤ ਮੇਰੀ ਉਸ ਗਾਣੇ ਤੋਂ ਹੋਈ ਹੈ। ਉਸਤਾਦ ਜੀ ਉਸ ਗਾਣੇ ਤੋਂ ਕਿਵੇਂ? ਜਦੋਂ ਉਹ ਗੀਤ ਆਇਆ ਸੀ ਬਾਈ ਜੀ, ਬੜਾ ਟੀਵੀ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਗੀਤ, ਅਤੇ ਉਸ ਵੇਲੇ ਲਿਸ਼ਕਾਰਾ ਇਹੋ ਜਿਹੇ ਚੈਨਲ ਜ਼ਿਆਦਾਤਰ ਵਧੀਆ ਚੱਲਦੇ ਹੁੰਦੇ ਸੀ ਨਾ, ਅਤੇ ਉਸ ਟਾਈਮ ਉਹ ਚੀਜ਼ਾਂ ਦੇਖਦੇ ਹੁੰਦੇ ਸੀ ਆਪਾਂ, ਡੇਲੀ ਟੀ ਵੀ ਦੇਖਣਾ, ਟੀ ਵੀ ਦੇ ਉੱਤੇ ਡੇਲੀ ਬੱਬੂ ਮਾਨ ਸਾਹਿਬ ਜੀ ਦਾ ਗਾਣਾ ਆਉਂਦਾ ਹੁੰਦਾ ਸੀ, ਮਾਨ ਸਾਹਿਬ ਨੂੰ ਸੁਣ ਸੁਣ ਕੇ। ਫਿਰ ਉਹ ਅੰਦਰ ਕੀੜਾ, ਚਲੋ ਰੱਬ ਨੇ ਪਹਿਲਾਂ ਹੀ ਪੈਦਾ ਕੀਤਾ ਹੁੰਦਾ, ਅਤੇ ਉਹ ਮਾਨ ਸਾਹਿਬ ਜੀ ਦੇ ਗੀਤ ਨੇ ਮੈਨੂੰ ਹਿੰਮਤ ਦਿੱਤੀ ਇੱਥੋਂ ਤੱਕ ਆਉਣੇ ਲਈ। ਮਤਲਬ ਤੁਹਾਨੂੰ ਬੱਬੂ ਮਾਨ ਦਾ ਜਿਹੜਾ ਗੀਤ ਸੀ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ, ਉਹਨੇ ਇੰਸਪਾਇਰ ਕੀਤਾ ਕਿ ਤੁਸੀਂ ਵੀ ਇੱਕ ਗਾਇਕ ਬਣ ਸਕਦੇ ਹੋ, ਤਾਂ ਫਿਰ ਉਹਨਾਂ ਦੇ ਗੀਤ ਦੀਆਂ ਹੀ ਦੋ ਲੈਣਾ। ਹੋ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ, ਅੰਬਰਾਂ ਤੇ ਲਾਉਣੀਆਂ ਉਡਾਰੀਆਂ, ਫੁੱਲ ਕੋਈ ਬਲੈਤ ਵਾਲਾ ਲੈ ਗਿਆ, ਗੁੱਡ ਦਾ ਮੈਂ ਰਹਿ ਗਿਆ, ਗਿਆਰੀਆਂ ਨੀ ਬੱਗੀ ਕਬੂਤਰੀਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਬਾਕੀ ਮਤਲਬ ਜੇ ਆਪਾਂ ਦੇਖਿਆ ਜਾਵੇ ਕਿ ਬੱਬੂ ਮਾਨ ਦੀ ਜਿਹੜੀ ਇੱਕ ਸ਼ਖਸੀਅਤ ਹੈ ਨਾ, ਉਹਨਾਂ ਦਾ ਜਿਹੜਾ ਨਾਮ ਹੈ, ਉਹਨਾਂ ਦੇ ਜਿਹੜੇ ਫੈਨ ਨੇ ਉਹਨਾਂ ਦੇ ਵਿੱਚ, ਉਹਨਾਂ ਦੀ ਇਸ ਜਿਹੜੀ ਨਧੜਕ ਆਵਾਜ਼ ਆ ਉਹਦੇ ਕਰਕੇ ਬਣਿਆ ਵਿਆ, ਅਤੇ ਤੁਸੀਂ ਉਹਨਾਂ ਨੂੰ ਆਪਦੀ ਇੰਸਪੀਰੇਸ਼ਨ ਮੰਨਦੇ ਹੋ। ਅਤੇ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਸ਼ੁਰੂਆਤ ਕੀਤੀ, ਤਾਂ ਉਹ ਕਿਹੜੇ ਸ਼ਖਸ ਸੀਗੇ ਮਤਲਬ ਜਿਨ੍ਹਾਂ ਵੱਲੋਂ ਤੁਹਾਨੂੰ ਸਪੋਰਟ ਨਹੀਂ ਮਿਲੀ, ਆਪਾਂ ਜੇ ਕਹਿ ਲਈਏ? ਵੈਸੇ ਮੋਸਟਲੀ ਇਹ ਪੁੱਛਿਆ ਜਾਂਦਾ ਕਿ ਤੁਹਾਨੂੰ ਸਪੋਰਟ ਕਿਹਨੇ ਕੀਤੀ ਹੈ, ਪਰ ਮੈਂ ਪੁੱਛਦਾ ਵੀ ਕਿੰਨਾ ਨੇ ਸਪੋਰਟ ਨਹੀਂ ਕੀਤੀ? ਬਾਈ ਮੇਰੇ ਨਾਲ, ਜਾਣੀ ਚਲੋ ਪਹਿਲਾਂ ਸ਼ੁਰੂ ਦੇ ਵਿੱਚ, ਜਾਣੀ ਮੇਰੇ ਨਾਲ ਘਰੇ ਦਾਦੀ ਜੀ ਮੇਰੇ ਗ੍ਰੈਂਡ ਮਦਰ ਕਰਦੇ ਹੁੰਦੇ ਸੀ ਕਿ ਤੂੰ ਕੀ ਇਹ ਕੰਜਰਖਾਨੇ 'ਚ ਪੈ ਗਿਆ, ਕੰਜਰਾਂ ਵਾਲੇ ਕੰਮ ਕਰ ਰਿਹਾ ਹੈ ਨਾ। ਅਤੇ ਹੁਣ ਵੈਸੇ ਚਲੋ ਵਧੀਆ ਆਪਣਾ ਜਿੱਦਾਂ ਆਠੇ ਸੌਂਗ ਆ ਰਿਹਾ ਆਪਣਾ, ਉਹਦੇ ਵਿੱਚ ਬੜੀ ਵਧੀਆ ਸਪੋਰਟ ਕੀਤੀ ਦਾਦੀ ਜੀ ਨੇ ਮੇਰੀ ਨੇ, ਅਤੇ ਹੁਣ ਬੜਾ ਵਧੀਆ ਸੈੱਟ ਹੋ ਗਿਆ ਸਾਰਾ। ਹਾਂਜੀ ਹਾਂਜੀ। ਹੁਣ ਅਤੇ ਤੁਹਾਡਾ ਇਸ ਤੋਂ ਪਹਿਲਾਂ ਜਿਹੜਾ ਗੀਤ ਆਇਆ ਹੋਇਆ ਹੈ ਨਾ, ਉਹਦੇ ਦੋ ਬੋਲ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਹੋ ਪਿੰਡਾਂ ਵਾਲੇ ਸਾਰੇ ਮੇਰੇ ਯਾਰ ਚੱਕ ਮੇਲੀ, ਤੇਰੇ ਬਾਪੂ ਤੋਂ ਨੀ ਪੁੱਗਣੀ ਬਰਾਤ ਜੱਟ ਦੀ, ਪਿੰਡਾਂ ਵਾਲੇ ਸਾਰੇ ਮੇਰੇ ਯਾਰ ਚੱਕ ਮੇਲੀ, ਤੇਰੇ ਪਾਪਾ ਤੋਂ ਨੀ ਪੁੱਗਣੀ ਬਰਾਤ ਜੱਟ ਦੀ, ਬਰਾਤ ਜੱਟ ਦੀ, ਬਰਾਤ ਜੱਟ ਦੀ। ਹੋ ਕਿਆ ਬਾਤ ਹੈ ਬਾਈ ਜੀ, ਕਿਆ ਬਾਤ ਹੈ। ਅੱਛਾ ਬਾਈ ਜੀ, ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੈ ਨਾ, ਜਦੋਂ ਉਹ ਕਿਸੇ ਵੀ ਲਾਈਨ ਦੇ ਵਿੱਚ ਉਹ ਮਿਹਨਤ ਕਰਦਾ ਗਾ ਹੈ ਨਾ, ਤਾਂ ਔਕੜਾਂ ਆਉਂਦੀਆਂ ਨੇ, ਮੁਸ਼ਕਲਾਂ ਆਉਂਦੀਆਂ ਨੇ ਹੈ ਨਾ। ਤਾਂ ਤੁਹਾਡੇ ਇੱਥੇ ਤੱਕ ਪਹੁੰਚਣ ਦੇ ਲਈ ਅੱਜ ਤੁਸੀਂ ਇੱਕ ਮੁਕਾਮ ਦੇ ਉੱਤੇ ਖੜ੍ਹੇ ਹੋ ਹੈ ਨਾ, ਤੁਹਾਡੇ ਗਾਣੇ ਆ ਚੁੱਕੇ ਨੇ ਹੈ ਨਾ, ਅਤੇ ਇੱਥੇ ਪਹੁੰਚਣ ਦੇ ਲਈ ਜਿਹੜਾ ਇੱਕ ਤੁਸੀਂ ਲੰਮਾ ਸਫ਼ਰ ਤੈਅ ਕਰਕੇ ਆਏ ਹੋ, ਉਹਦੇ ਵਿੱਚ ਤੁਹਾਨੂੰ ਕੀ ਮੁਸ਼ਕਲਾਂ ਆਈਆਂ? ਮੁਸ਼ਕਲਾਂ ਬਾਈ ਜੀ, ਮੇਨ ਪ੍ਰੋਬਲਮ ਇਸ ਲਾਈਨ ਦੇ ਵਿੱਚ ਸਪੈਸ਼ਲੀ ਪੈਸੇ ਦੀ ਆਉਂਦੀ ਹੈ, ਅਤੇ ਉਹ ਜਦੋਂ ਅਰੇਂਜਮੈਂਟ ਕਰਨੇ, ਪੈਸਾ ਇਕੱਠਾ ਕਰਨਾ ਬੜਾ ਔਖਾ ਭਾਅ ਜੀ, ਮੇਨ ਪ੍ਰੋਬਲਮ ਮੈਨੂੰ ਤਾਂ ਪੈਸੇ ਦੀ ਆਈ ਹੈ। ਕਿਵੇਂ ਮਤਲਬ? ਜਾਣੀ ਕਿ ਬਾਈ ਜਿੱਦਾਂ ਗਾਣੇ ਦੇ ਸ਼ੂਟ ਰੱਖ ਦਿੱਤੇ ਨੇ ਅਤੇ ਪੈਸੇ ਨਹੀਂ ਹੋ ਰਹੇ ਹੈ ਨਾ, ਕਿਸੇ ਬੰਦੇ ਨੇ ਇੱਕ ਵਾਰ ਹਾਂ ਕਰ ਦਿੱਤੀ, ਮੁੜ ਕੇ ਜਵਾਬ ਦੇ ਦਿੱਤਾ ਬਾਈ ਨਹੀਂ ਯਾਰ ਐਂ ਨਹੀਂ ਹੋ ਸਕਦੀ, ਉਹ ਹੋ ਸਕਦੀ ਹੈ ਨਾ, ਅਤੇ ਉਸ ਚੀਜ਼ ਦੀ ਬੜੀ ਪ੍ਰੋਬਲਮ ਆਉਂਦੀ ਹੈ। ਅਤੇ ਖੜ੍ਹੇ ਪੈਰ ਭਾਅ ਜੀ ਪੈਸੇ ਅਰੇਂਜਮੈਂਟ ਕਰਨੇ, ਕਰਜ਼ਾ ਤੱਕ ਚੁੱਕਣਾ ਪੈ ਗਿਆ ਸੀ ਮੈਨੂੰ ਅਤੇ ਗਾਣਾ ਕਰਨ ਲਈ ਨਾ, ਅਤੇ ਉਸ ਚੀਜ਼ ਦੇ ਵਿੱਚ ਮੇਨ ਪ੍ਰੋਬਲਮ ਆਈ ਹੈ ਮੈਨੂੰ। ਅਤੇ ਜਦੋਂ ਤੁਸੀਂ ਮਤਲਬ ਗਾਣੇ ਦੇ ਲਈ ਕਰਜ਼ਾ ਚੱਕਿਆ, ਤਾਂ ਮਤਲਬ ਘਰਦਿਆਂ ਨੇ ਤੁਹਾਨੂੰ ਕਿੰਨੀ ਕੁ ਮਤਲਬ ਉਸ ਚੀਜ਼ ਨੂੰ ਸਪੋਰਟ ਕੀਤੀ? ਬਾਈ ਸਪੋਰਟ ਤਾਂ ਪੂਰੀ ਸੀ ਘਰਦਿਆਂ ਵੱਲੋਂ, ਅਤੇ ਕੋਈ ਐਸਾ ਨਹੀਂ ਸੀ ਰੋਲ, ਉਹ ਕਹਿੰਦੇ ਸੀ ਠੀਕ ਹੈ ਤੂੰ ਚੁੱਕਣਾ ਚੁੱਕ, ਕਰਨਾ ਜੋ ਕਰ, ਤੇਰੀ ਲਾਈਨ ਹੈ, ਤੂੰ ਕਰਨਾ ਕਰਜ਼ਾ ਤੂੰ ਆਪਣੇ ਸਿਰ 'ਤੇ ਚੁੱਕਣਾ, ਚੁੱਕ ਲੈ, ਲਾਏਗਾ ਤੂੰ ਹੀ ਲਾਏਗਾ। ਹਾਂਜੀ। ਅੱਛਾ, ਅਤੇ ਅੱਜ ਤੁਸੀਂ ਇੱਕ ਚੰਗੇ ਮੁਕਾਮ ਦੇ ਉੱਤੇ ਹੋ, ਇੱਕ ਅੱਛੇ ਸਿੰਗਰ ਹੋ, ਇਸ ਤੋਂ ਪਹਿਲਾਂ ਮਤਲਬ ਤੁਸੀਂ ਤੁਹਾਡੀ ਲਾਈਫ ਦੇ ਵਿੱਚ ਜਿਹੜਾ ਹੈਗਾ ਸੀ, ਜੇ ਆਪਾਂ ਕੰਮ ਦੇ ਤੌਰ 'ਤੇ ਕੀਤਾ, ਕੀ ਕੰਮ ਕਰ ਸੀ, ਤੁਸੀਂ ਕੀ ਕਰਦੇ ਸੀ? ਬਾਈ ਜੀ, ਮੈਂ 14 ਸਾਲ ਦੀ ਉਮਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਮੈਂ ਭਾਂਡੇ ਵੀ ਮਾਂਜੇ ਨੇ ਰੈਸਟੋਰੈਂਟਾਂ ਦੇ ਵਿੱਚ, ਉਸ ਤੋਂ ਬਾਅਦ ਮੈਂ ਸ਼ੋਪਕੀਪਰ ਦਾ ਕੰਮ ਕਰਦਾ ਰਿਹਾ, ਦੁਕਾਨਾਂ ਉੱਤੇ ਕੰਮ ਕੀਤਾ, ਲੋਡਿੰਗ ਅਨਲੋਡਿੰਗ ਦਾ ਕੰਮ ਕੀਤਾ, ਡਰਾਈਵਰੀ ਵੀ ਕੀਤੀ ਹੈ ਬਾਈ ਜੀ, ਮੈਂ ਝਾੜੂ ਵੀ ਲਾਇਆ, ਪੋਚਾ ਵੀ ਲਾਇਆ, ਬਾਥਰੂਮ ਤੱਕ ਸਾਫ਼ ਕੀਤੇ ਨੇ ਬਾਈ ਜੀ ਮੈਂ। ਅਤੇ ਅੱਜ ਜੇ ਆਪਾਂ ਕਹੀਏ ਕਿ ਸਿਰਫ ਇਕੱਲੀ ਸਿੰਗਿੰਗ ਜਿਹੜੀ ਹੈਗੀ ਆ, ਸਿੰਗਿੰਗ ਹੀ ਤੁਸੀਂ ਕਰ ਰਹੇ ਹੋ ਜਾਂ ਇਹਦੇ ਨਾਲ ਨਾਲ ਵੀ ਤੁਸੀਂ ਕੋਈ ਹੋਰ ਕੰਮ ਕਰ ਰਹੇ ਹੋ?
ਨਹੀਂ ਭਾਜੀ ਜਿੱਦਾਂ ਸਿੰਗਿੰਗ ਨੂੰ ਤਾਂ ਫਿਲਹਾਲ ਹੀ ਮੈਂ ਆਪਣੇ ਸ਼ੌਂਕ ਦੇ ਤੌਰ 'ਤੇ ਕਰ ਰਿਹਾ, ਇਸ ਤੋਂ ਇਲਾਵਾ ਬਾਈ ਜੀ ਮੈਂ ਸਪੇਨ ਦੇ ਵਿੱਚ ਡਰਾਈਵਰੀ ਕਰਦਾ। ਸਪੇਨ ਦੇ ਵਿੱਚ? ਹਾਂਜੀ ਵੀਰ, ਸਪੇਨ ਦੇ ਵਿੱਚ। ਮਤਲਬ ਤੁਹਾਡੇ ਹੈ ਨਾ, ਮਤਲਬ ਜਿਹੜਾ ਕਰਿਊ ਆ, ਕਰਿਊ ਦੇ ਨਾਲ ਗੱਲਬਾਤ ਕਰਕੇ ਇਹ ਸਾਨੂੰ ਪਤਾ ਲੱਗਿਆ ਕਿ ਤੁਸੀਂ ਸਪੈਸ਼ਲੀ ਗਾਣੇ ਦੇ ਸ਼ੂਟ ਲਈ ਤੁਸੀਂ ਇੱਥੇ ਆਏ ਹੋ ਅਤੇ ਤੁਸੀਂ ਵਾਪਸ ਫਿਰ ਜਾਣਾ, ਮਤਲਬ ਕਦੋਂ ਤੁਸੀਂ ਜਾ ਰਹੇ ਹੋ ਵਾਪਸ? ਜੀ ਬਾਈ ਜੀ, ਸਿਰਫ 2 ਹਫ਼ਤੇ ਛੁੱਟੀ ਲੈ ਕੇ ਆਇਆ ਸੀ, 10 ਦਿਨ ਦੀ ਛੁੱਟੀ ਮਿਲੀ ਮੈਨੂੰ ਮੇਨ 'ਤੇ ਟਿਕਟ ਦੇ ਹਿਸਾਬ ਨਾਲ, ਅਤੇ 10 ਦਿਨ ਦੇ ਵਿੱਚ 2 ਦਿਨ ਤੱਕ ਵਾਪਸ ਜਾ ਰਿਹਾ। ਅਤੇ ਜਿਹੜੇ ਨੈਕਸਟ ਤੁਹਾਡੇ ਅਪਕਮਿੰਗ ਪ੍ਰੋਜੈਕਟ ਨੇ ਉਹਨਾਂ ਬਾਰੇ ਵੀ ਜ਼ਰੂਰ ਦੱਸ ਕਰਨ ਤੁਸੀਂ। ਅਪਕਮਿੰਗ ਪ੍ਰੋਜੈਕਟ ਬਾਈ ਆਪਣਾ ਆ ਰਿਹਾ, 8 ਸੌਂਗ ਆ ਰਿਹਾ, ਫੁੱਲ ਰਿਕਾਰਡ ਹੋ ਚੁੱਕਿਆ, ਵੀਡੀਓ ਬਣ ਗਈ ਸਾਰਾ ਪੂਰਾ, ਘੈਂਟ ਪ੍ਰੋਜੈਕਟ, ਓਵਰਸੀਅਰ ਬਾਈ ਨੇ ਵੀਡੀਓ ਕੀਤੀ ਹੈ, ਏਡੀ ਸਿੰਘ ਮੇਰਾ ਘੈਂਟ ਵੀਰ ਉਹਨਾਂ ਨੇ ਗੀਤ ਲਿਖਿਆ, ਬਹੁਤ ਸੋਹਣਾ, ਬਹੁਤ ਸੋਹਣੀ ਕਲਮ, ਸੁਦੇਸ਼ ਕੁਮਾਰੀ ਜੀ ਨੇ, ਲੈਜੈਂਡ ਸਿੰਗਰ ਨੇ, ਉਹਨਾਂ ਨੇ ਮੇਰੇ ਨਾਲ ਇਸ ਗਾਣੇ ਦੇ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਹਾਂਜੀ ਹਾਂਜੀ, ਅਤੇ ਮਿਊਜ਼ਿਕ ਕੀਤਾ ਪੈਪਸੀ ਵੀਰੇ ਨੇ। ਹਾਂਜੀ ਹਾਂਜੀ, ਬਹੁਤ ਸੋਹਣਾ ਮਿਊਜ਼ਿਕ ਕੀਤਾ ਬਾਈ ਨੇ। ਉਹਦੇ 2 ਬੋਲ ਤੁਸੀਂ ਸਾਂਝੇ ਕਰ ਸਕਦੇ ਹੋ? ਜੀ ਜੀ, ਹੋ ਗੇੜੀਆਂ ਦਾ ਹੁੰਦਾ ਕੋਈ ਅਵਾਰਡ, ਨੱਡੀਏ ਨੀ ਨਾਮ ਜੱਟਾਂ ਦੇ ਮੁੰਡੇ ਦਾ, ਸੱਚੀ ਪੱਕਾ ਹੋਣਾ ਸੀ। ਗੇੜੀਆਂ ਦਾ ਹੁੰਦਾ ਕੋਈ ਅਵਾਰਡ, ਪਤਲੋ ਨੀ ਨਾਮ ਜੱਟਾਂ ਦੇ ਮੁੰਡੇ ਦਾ, ਸੱਚੀ ਪੱਕਾ ਹੋਣਾ ਸੀ। ਕਿਆ ਬਾਤ ਹੈ! ਅੱਛਾ ਭਾਈ, ਪੰਜਾਬੀ ਜਿਹੜੀ ਸੰਗੀਤ ਇੰਡਸਟਰੀ ਆ, ਵੈਸੇ ਬਹੁਤ ਹੀ ਆਪਾਂ ਕਹਿ ਲਈਏ ਕਿ ਸੋਹਣੀ ਇੰਡਸਟਰੀ ਆ ਇਹ, ਇਹਦੇ ਵਿੱਚ ਮਤਲਬ ਜਿੰਨੇ ਵੀ ਕੰਮ ਕਰਦੇ ਨੇ ਕਲਾਕਾਰ, ਹਰ ਇੱਕ ਕਲਾਕਾਰ ਮਿਹਨਤੀ ਹੈ, ਅਤੇ ਜਦੋਂ ਵੀ ਕੋਈ ਕਲਾਕਾਰ ਆਉਂਦਾ ਉਹ ਮਿਹਨਤ ਕਰਦਾ ਗਾ, ਪਰ ਇਹਦੇ ਨਾਲ ਨਾਲ ਕੁਛ ਇੰਡਸਟਰੀ ਦੇ ਵਿੱਚ ਐਸੇ ਸ਼ਖਸ ਵੀ ਹੈਗੇ ਨੇ, ਮਤਲਬ ਜਿਹੜੇ ਨਾ ਆਪਾਂ ਕਹਿ ਲਈਏ ਕਿ ਇੰਡਸਟਰੀ ਨੂੰ ਪਿੱਛੇ ਵੱਲ ਨੂੰ ਲੈ ਕੇ ਜਾ ਰਹੇ ਨੇ, ਹੈ ਨਾ। ਕੀ ਤੁਹਾਡੀ ਵੀ ਕੋਈ ਐਸੇ ਸ਼ਖਸ ਦੇ ਨਾਲ ਮੁਲਾਕਾਤ ਹੋਈ ਹੈ ਕਿ ਜਿਹਨੇ ਤੁਹਾਨੂੰ ਆਪਾਂ ਕਹਿ ਲਈਏ ਕਿ ਬੇਵਕੂਫ਼ ਟਾਈਪ ਆਪਾਂ ਕਹਿ ਲਈਏ ਕਿ ਬੇਵਕੂਫ਼ ਬਣਾਇਆ ਹੋਵੇ ਜਾਂ, ਹੈ ਨਾ, ਕਿਉਂਕਿ ਮੋਸਟਲੀ ਕੀ ਹੈਗਾ ਕਿ ਮੋਸਟਲੀ ਆਪਾਂ ਨੂੰ ਹੈਲਪਫੁੱਲ ਜਿਹੜੇ ਹੈਲਪ ਕਰਦੇ ਨੇ ਆਪਣੀ ਉਹੀ ਬੰਦੇ ਮਿਲਦੇ ਨੇ ਆਪਣੀ ਇੰਡਸਟਰੀ ਦੇ ਵਿੱਚ, ਪਰ ਕਈ ਬੰਦੇ ਇੰਡਸਟਰੀ ਨੂੰ ਖਰਾਬ ਵੀ ਕਰ ਰਹੇ ਨੇ। ਕੀ ਤੁਹਾਨੂੰ ਵੀ, ਤੁਹਾਡਾ ਵੀ ਟਾਕਰਾ ਕਿਸੇ ਐਸੇ ਸ਼ਖਸ ਨਾਲ ਹੋਇਆ? ਨਹੀਂ ਭਾਅ ਜੀ, ਫਿਲਹਾਲ ਲਈ ਤਾਂ ਪਹਿਲਾ ਗੀਤ ਅਸੀਂ ਕੀਤਾ ਸੀਗਾ ਲਵਲੀ ਨੂਰ ਬਾਈ, MBY ਨੇ ਮਿਊਜ਼ਿਕ ਕੀਤਾ ਸੀ, ਓਵਰਸੀਰ ਭਾਅ ਜੀ ਦੀ ਹੀ ਵੀਡੀਓ ਸੀ, ਫਿਲਹਾਲ ਹੀ ਉਹਨਾਂ ਵੱਲੋਂ ਤਾਂ ਕੋਈ ਕੰਪਲੀਟ ਨਹੀਂ। ਉਸ ਤੋਂ ਬਾਅਦ AD ਵੀਰ ਆ ਗਿਆ, ਘੈਂਟ ਭਰਾ ਆਪਣਾ, ਉਹਨਾਂ ਨਾਲ ਆਪਣਾ ਕੀਤਾ, ਕੋਈ ਫਿਲਹਾਲ ਹੀ ਤਾਂ ਕੋਈ ਵੀ ਜਿਹੜੀ ਇਹੋ ਜਿਹਾ ਸੀਨ ਨਹੀਂ ਹੋਇਆ ਮੇਰੇ ਨਾਲ, ਜਦੋਂ ਹੋਏਗਾ ਦੱਸ ਦਿਆਂਗੇ। ਅੱਛਾ, ਅਤੇ ਮਤਲਬ ਇਸ ਤੁਸੀਂ ਤੁਹਾਨੂੰ ਜਿੰਨਾ ਕੁ ਸਮਾਂ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੂੰ, ਹੈ ਨਾ, ਅਤੇ ਕੁਝ ਨਵੇਂ ਸਿੰਗਰ, ਨਵੇਂ ਗੀਤਕਾਰ ਵੀ ਜਿਹੜਾ ਹੈਗਾ ਉਹ ਇੰਡਸਟਰੀ ਦੇ ਵਿੱਚ ਆ ਰਹੇ ਨੇ, ਹੈ ਨਾ, ਹਰ ਰੋਜ਼ ਉਹਨਾਂ ਦੇ ਵਿੱਚ ਵੀ ਸ਼ੌਂਕ ਆ, ਇੱਛਾ ਗੀ ਕਿ ਅਸੀਂ ਵੀ ਸਿੰਗਰ ਬਣੀਏ, ਸਟਾਰ ਬਣੀਏ, ਤਾਂ ਆਪਣੇ ਤਜ਼ਰਬੇ ਦੇ ਵਿੱਚੋਂ ਜਿੱਦਾਂ ਤੁਹਾਨੂੰ ਲੱਗਿਆ ਤੁਸੀਂ ਸਿੱਖਿਆ, ਹੈ ਨਾ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਾਈ, ਜਿਹਨੇ ਤਾਂ ਆਉਣਾ ਹੈ ਨਾ ਇੰਡਸਟਰੀ ਦੇ ਵਿੱਚ, ਜਿਹਨੇ ਤਾਂ ਪ੍ਰੋਫੈਸ਼ਨਲ ਸਿੰਗਰ ਦੇ ਤੌਰ 'ਤੇ ਆਉਣਾ, ਸਪੈਸ਼ਲੀ ਬਾਈ ਯਾਰ ਪੈਸਾ ਮੇਨ ਥਿੰਗ ਤੁਹਾਡੇ ਕੋਲ, ਅੱਜ ਕੱਲ੍ਹ ਦੇ ਬਾਈ ਕਲਾ ਹੈ ਨਹੀਂ ਹੈ ਚੱਲ ਜਾਂਦਾ, ਉਸਤਾਦ ਜੀ ਕਹਿੰਦੇ ਨੇ ਕਲਾਕਾਰ ਕੋਲ ਕਲਾ ਹੋਵੇ ਨਾ ਹੋਵੇ ਚੱਲ ਜਾਂਦਾ, ਪਰ ਕਾਰ ਹੋਣੀ ਬੜੀ ਜ਼ਰੂਰੀ ਹੈ, ਯਾਨੀ ਪੈਸੇ ਦੀ ਵੈਲਿਊ, ਮੇਨ ਪੈਸੇ ਦੀ ਵੈਲਿਊ ਪੈਂਦੀ ਹੈ। ਘੱਟੋ ਘੱਟ ਬੰਦਾ ਇੰਨੀ ਕੁ ਇਨਕਮ ਲੈ ਕੇ ਤੁਰੇ ਕਿ ਖੜ੍ਹੇ ਪੈਰ ਕਿਸੇ ਟਾਈਮ ਵੀ ਲੋੜ ਪੈ ਸਕਦੀ, ਲੱਖਾਂ ਦੇ ਹਿਸਾਬ ਨਾਲ ਪੈਸੇ ਲੱਗਦੇ ਨੇ ਬਾਈ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਭਰਾ ਜੀ ਕਿ ਤੁਸੀਂ ਸਾਨੂੰ ਸਮਾਂ ਦਿੱਤਾ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਜਿਹੜੀ ਇਹ ਮਿਹਨਤ ਕਰ ਰਹੇ ਹੋ ਉਹਦਾ ਜਿਹੜਾ ਫਲ ਹੈ ਉਹ ਤੁਹਾਨੂੰ ਲੰਬਾ ਸਮਾਂ ਮਿਲਦਾ ਰਹੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਦੋਸਤੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਨੂੰ ਦਿੱਤਾ। ਅਤੇ ਦੋਸਤੋ, ਹੁਣ ਸਮਾਂ ਜਿਹੜਾ ਹੈਗਾ ਉਹ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਜਲਦੀ ਮਿਲਾਂਗੇ ਨਵੇਂ ਫਨਕਾਰ ਦੇ ਨਾਲ, ਉਦੋਂ ਤੱਕ ਲਈ ਅਲਵਿਦਾ। ਮੈਂਟਲ ਬੰਦੇ ਕੋ ਸਬਸਕ੍ਰਾਈਬ ਕਰਨੇ ਕੀ ਗੁਸਤਾਖੀ ਤੋ ਕਰਾਓ, ਔਰ ਘੰਟੀ ਕੇ ਬਟਨ ਕੋ ਦਬਾ ਕੇ ਰੱਖੋ, ਔਰ ਫਿਰ ਦੇਖੋ ਕਿਆ ਹੋਤਾ ਹੈ।